ਮੈਂ ਜਗਰੂਪ ਬਰਾੜ ਐਮ ਐਲ اے ਸ਼੍ਰੀ ਫਲੀਟਵੁੱਡ ਅਰਜ਼ ਕਰ ਰਿਹਾ। ਬੀਸੀ ਸਰਕਾਰ ਵੱਲੋਂ ਹਰ ਰੋਜ਼ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਲਈ ਉਹਨਾਂ ਦੀ ਮਦਦ ਕਰਨ ਦੇ ਲਈ ਨਵੇਂ ਪ੍ਰੋਗਰਾਮ ਲਾਣੇ ਐਲਾਨ ਕੀਤੇ ਜਾਂਦੇ ਆ। ਅੱਜ ਦੇ ਜਿਹੜੇ ਐਲਾਨ ਕੀਤੇ ਗਏ ਉਹਦੇ ਵਿੱਚ ਸ਼ਾਮਲ ਸਨ ਸਾਡੇ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਮਰਟ ਜੀ, ਸਾਡੇ ਜਿਹੜੇ ਟ੍ਰਾਂਸਪੋਰਟੇਸ਼ਨ ਤੇ ਇਨਫਰਾਸਟ੍ਰਕਚਰ ਮਿਨਿਸਟਰ ਨੇ ਰੌਫ ਫਲੇਮਿੰਗ ਜੀ, ਸਾਡੀ ਐਗਰੀਕਲਚਰ ਮਿਨਿਸਟਰ ਜਿਹੜੇ ਹੈਗੇ ਲੈਨਾ ਪਾਪਮ ਜੀ। ਉਹਦੇ ਨਾਲ ਜਿਹੜੇ ਸਾਡੇ ਮਿਨਿਸਪਲ ਅਫੇਅਰ ਮਿਨਿਸਟਰ ਹੈਗੇ ਆ ਜੋਜੀ ਆਸਪੋਰਨ ਜੀ ਉਹਨਾਂ ਨੇ ਅੱਜ ਅਪਡੇਟ ਦਿੱਤੇ ਆ ਉਹਨਾਂ ਦੀ ਸੰਖੇਪ ਸਮਰੀ ਜਿਹੜੀ ਹੈਗੀ ਆ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਨੰਬਰ 1 ਬੀਸੀ ਸਰਕਾਰ ਵੱਲੋਂ ਪਿਛਲੇ ਹਫਤੇ ਜਿਹੜੇ ਹੜ੍ਹਾਂ ਵੱਲੋਂ ਬਹੁਤ ਵੱਡੀ ਤਬਾਹੀ ਕੀਤੀ ਗਈ ਹੈ ਉਹਦੀ ਰਿਕਵਰੀ ਲਈ ਉਹਦੀ ਮੁੜ ਬਹਾਲੀ ਦੇ ਲਈ ਬੜੀ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਔਰ ਅਗਲੇ ਹਫਤੇ ਜਿਹੜੇ ਆਉਣ ਵਾਲੇ ਤੂਫਾਨ ਨੇ ਲੜੀ ਬਾਰ ਉਹਨਾਂ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਇਸ ਵੇਲੇ ਜਿਹੜਾ ਤਿਆਰੀ ਕਰਨ ਦਾ ਸਮਾਂ ਹੈ ਅਤੇ ਉਹਦੇ ਨਾਲ ਨਾਲ ਜਿਹੜਾ ਕਲਾਈਮੇਟ ਚੇਂਜ ਕੈਨੇਡਾ ਤੇ এনवायरमेंट ਵੱਲੋਂ ਦਿੱਤੀ ਜਾ ਰਹੀ ਜਿਹੜੀ ਪ੍ਰੋਡਿਕਸ਼ਨਸ ਹੈਗੀਆਂ ਔਰ ਸਟੇਡ ਫੋਰਕਾਸਟ ਕੀਤਾ ਜਾ ਰਿਹਾ ਉਹਦੇ ਤੇ ਬਹੁਤ ਨੇੜਿਓਂ ਧਿਆਨ ਰੱਖਣ ਦੀ ਲੋੜ ਹੈਗੀ ਆ। ਨੰਬਰ 2 ਖੇਤੀਬਾੜੀ ਖੇਤਰ ਵਿੱਚ ਸਰਕਾਰ ਵੱਲੋਂ ਜਿਹੜਾ ਲਗਾਤਾਰ ਫਾਰਮਰਸ ਨੂੰ ਰੀ-ਐਂਟਰੀ ਪਰਮਿਟ ਉਹ ਜਾਰੀ ਕੀਤੇ ਜਾ ਰਹੇ ਆ ਤਾਂ ਕਿ ਉਹ ਆਪਣੇ ਫਾਰਮਸ ਤੇ ਫਾਰਮਸ ਤੇ ਜਾ ਸਕਣ ਅਤੇ ਆਪਣੇ ਐਨੀਮਲ ਤੱਕ ਉਹ ਜਾ ਸਕਣ। ਇਹਦੇ ਨਾਲ-ਨਾਲ ਜਿਹੜੇ ਫਾਰਮਰਜ਼ ਨੂੰ ਆਪਣਾ ਚਾਰਾ ਪਹੁੰਚਾਉਣ ਦੇ ਲਈ ਆਪਣੇ ਐਨੀਮਲ ਤੱਕ ਆਂਡੇ ਇਕੱਠੇ ਕਰਕੇ ਲਿਆਉਣ ਦੇ ਲਈ ਅਤੇ ਬਿਟ ਦੀ ਮਦਦ ਲੈਣ ਵਾਸਤੇ ਵੀ ਜਿਹੜੇ ਪਰਮਿਟ ਉਹ ਦਿੱਤੇ ਜਾ ਰਹੇ ਐ ਇਹ ਸਾਰਾ ਕੁਝ ਕਰਨ ਦੇ ਨਾਲ ਸਾਨੂੰ ਜਿਹੜਾ ਸਾਡੀ ਸਪਲਾਈ ਚੇਨ ਉਸ ਨੂੰ ਮਦਦ ਮਿਲੇਗੀ ਹੜਾ ਨਾਲ ਪ੍ਰਭਾਵ ਤੋਂ ਜਾਂ ਜਿਹੜੀਆਂ ਲੋਕਲ ਸਰਕਾਰਾਂ ਨੇ ਉਹ ਵੀ ਹੁਣ ਜਿਹੜਾ ਡਿਜੈਸਟ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਗਰਾਮ ਹੈ ਉਹਦੇ ਵਿੱਚ ਜਿਹੜੀ ਵਿੱਤੀ ਮਦਦ ਲੈਣ ਦੇ ਲਈ ਜਿਹੜੀਆਂ ਅਪਲਾਈ ਕਰ ਸਕਣ ਅਪਲਾਈ ਕਰ ਸਕਣਗੀਆਂ ਉਹ एलिਜੀਬਲ ਹਨ ਨੰਬਰ 4 ਬੀਸੀ ਸਰਕਾਰ ਬੀਸੀ ਸਰਕਾਰ ਸਾਡੀ ਫੈਡਰਲ ਸਰਕਾਰ ਨਾਲ ਮਿਲ ਕੇ ਬੀਸੀ ਸਰਕਾਰ ਦੀਆਂ ਜਿਹੜੀਆਂ ਲੋਕਲ ਕਮਿਊਨਿਟੀਜ਼ ਹੈਗੀਆਂ ਉਹਨਾਂ ਦੇ ਲੌਂਗ ਟਰਮ ਜਿਹੜੀਆਂ ਨੀਡਸ ਹੈਗੀਆਂ ਉਹਨਾਂ ਦੇ ਉੱਤੇ ਜਿਹੜੀ ਨਗਾਤਰ ਕੰਮ ਕਰ ਰਹੀ ਹੈ ਵਚਨਬੱਧਾ ਹੈ ਤਾਂ ਕਿ ਜਿਹੜਾ ਅਸੀਂ ਪਬਲਿਕ ਇਨਫਰਾਸਟ੍ਰਕਚਰ ਜਿਹੜਾ ਫਿਊਚਰ ਦੇ ਵਿੱਚ ਬਣਾਉਣਾ ਹੈ ਉਹਨੂੰ ਬੜੇ ਸੋਚ ਸਮਝ ਕੇ ਔਰ ਇਸ ਤਰੀਕਾ ਨ ਬਣਾਈਏ ਕਿ ਜੇ ਦੁਵਾਰਾ ਉੱਥੇ ਹੜ੍ਹ ਵਗੈਰਾ ਆਉਂਦੇ ਤਾਂ ਉਹ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬਣਿਆ ਰਹੇ ਤੇ ਖੜਾ ਰਹੇ। ਨੰਬਰ 5 ਸੂਮਸ ਏਰੀਏ ਵਿੱਚ ਹਾਈਵੇ 1 ਅੱਜ 2 ਵਜੇ ਜਿਹੜਾ ਬਾ ਦੁਪਹਿਰ ਖੁੱਲ ਚੁੱਕਿਆ ਔਰ ਇਹਦੇ ਲਈ ਕੋਈ ਵੀ ਟ੍ਰੈਵਲ ਜਿਹੜੀ ਹੈਗੀ ਹੈ ਆਰਡਰ ਜਾਰੀ ਨਹੀਂ ਕੀਤੇ ਗਏ ਔਰ ਲੋਕਾਂ ਨੂੰ ਬੇਨਤੀ ਹੈ ਕਿ ਜੇ ਤੁਹਾਡਾ ਕੋਈ ਜ਼ਰੂਰੀ ਕੰਮ ਨਹੀਂ ਤਾਂ ਇੱਥੇ ਟ੍ਰੈਵਲ ਉਹ ਨਾ ਕੀਤਾ ਜਾਵੇ। ਨੰਬਰ 6 ਕੋਕਾਹਾਲ ਹਾਈਵੇ ਤੇ ਜੋ ਟੈਂਪੋਰਰੀ ਰਿਪੇਅਰ ਵਰਕ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਉਹਦੇ 2 ਮਹੀਨਿਆਂ ਦੇ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਤਾਂ ਕਿ ਅਸੀਂ ਕਮਰਸ਼ੀਅਲ ਜਿਹੜੀ ਟ੍ਰੈਫਿਕ ਹੈ ਉਹ ਉੱਥੇ ਸ਼ੁਰੂ ਕਰ ਸਕੀਏ ਨੰਬਰ 7 ਜੇ ਤੁਹਾਨੂੰ ਅਗਲੇ ਹਫਤੇ ਆਉਣ ਵਾਲੇ ਤੂਫਾਨ ਸਮੇਂ ਟਰੈਵਲ ਕਰਨ ਦੀ ਲੋੜ ਨਹੀਂ ਤਾਂ ਸਾਡੀ ਬੇਨਤੀ ਹੈ ਕਿ ਤੁਸੀਂ ਘਰੇ ਰਹੋ ਪਰ ਜੇਕਰ ਤੁਹਾਨੂੰ ਤੁਸੀਂ অতি ਜ਼ਰੂਰੀ ਹੈ ਤੁਹਾਡੇ ਤੁਹਾਡੇ ਲਈ ਟਰੈਵਲ ਕਰਨਾ ਤਾਂ ਇਹ ਜ਼ਰੂਰੀ ਧਿਆਨ ਦੇ ਵਿੱਚ ਰੱਖਣਾ ਕਿ ਤੁਹਾਡੇ ਵਹੀਕਲ ਦੇ ਵਿੱਚ ਜਿਹੜਾ ਪਾਣੀ ਹੋਣਾ ਚਾਹੀਦਾ ਹੈ, ਖਾਣਾ ਹੋਣਾ ਚਾਹੀਦਾ, ਗਰਮ ਕੱਪੜੇ, ਕੰਬਲ ਵਗੈਰਾ ਤੇ ਜਿਹੜੀਆਂ ਐਮਰਜੈਂਸੀ ਚੀਜ਼ਾਂ ਨੇ ਉਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ। ਇਹਦੇ ਨਾਲ ਹੀ ਮੈਂ ਇੱਕ ਵਾਰੀ ਫੇਰ ਸਾਰੇ ਲੋਕਾਂ ਦਾ ਜਿਹੜੇ ਇਸ ਸੌਖੇ ਸਮੇਂ ਦੇ ਵਿੱਚ ਹੜਪੇੜ ਤੋਂ ਨੇ ਮਦਦ ਕਰ ਰਹੇ ਮੈਨੂੰ ਧੰਨਵਾਦ ਕਰਦਾ ਹਾਂ ਔਰ ਇਹਦੇ ਨਾਲ ਹੀ ਸਾਡੇ ਅੱਜ ਦੇ ਅਪਡੇਟ ਖਤਮ ਹੁੰਦੇ ਆ। ਕੱਲ ਨੂੰ ਫੇਰ ਇੱਕ ਵਾਰੀ ਮੈਂ ਆਪਣੇ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਪੇਸ਼ ਆਵਾਂਗਾ। ਮਿਹਰਬਾਨੀ।